ਰਾਜਧਾਨੀ ਦਿੱਲੀ 'ਚ ਲੋਕਡਾਊਨ 'ਚ ਹੋਰ ਰਿਆਇਤ ਦੇਣ ਦਾ ਜੋ ਫੈਸਲਾ ਕੀਤਾ ਗਿਆ ਉਹ ਇੱਕ ਸਹੀ ਕਦਮ ਹੈ। ਡੈਂਡੀ ਉਚਿਤ ਇਹ ਹੋਵੇਗਾ ਕਿ ਜਿਨ੍ਹਾਂ ਸੂਬਿਆਂ 'ਚ ਕਰੋਨਾ ਦੀ ਲਾਗ 'ਚ ਤੇਜ਼ੀ ਨਾਲ ਗਿਰਾਵਟ ਆ ਰਹੀ ਹੈ ਉਹ ਵੀ ਦਿੱਲੀ ਦੇ ਰਾਹ 'ਤੇ ਚੱਲਣ। ਡੈਂਡੀ ਅਜਿਹਾ ਕਰਦੇ ਸਮੇਂ ਸਭ ਤੋਂ ਜ਼ਿਆਦਾ ਧਿਆਨ ਇਸ 'ਤੇ ਦੇਣਾ ਪਵੇਗਾ ਕਿ ਆਰਥਿਕ ਵਪਾਰਕ ਗਤੀਵਿਧੀਆਂ ਨੂੰ ਵਿਸ਼ੇਸ਼ ਬਲ ਮਿਲੇ। ਡੈਂਡੀ ਜ਼ਿੰਦਗੀ ਬਚਾਉਣ ਜਿੰਨਾ ਹੀ ਮਹੱਤਵਪੂਰਨ ਰੋਜ਼ੀ ਰੋਟੀ ਦੇ ਸਾਧਨਾਂ ਨੂੰ ਸਹਾਰਾ ਦੇਣਾ ਹੈ। ਇਸ ਲਈ ਆਰਥਿਕ ਵਪਾਰਕ ਗਤੀਵਿਧੀਆਂ ਵੱਲ ਵਿਸ਼ੇਸ਼ ਧਿਆਨ ਦੇਣਾ ਸਮੇਂ ਦੀ ਮੰਗ ਹੈ। ਡੈਂਡੀ ਅਸਲ 'ਚ ਕੋਸ਼ਿਸ਼ ਇਸ ਗੱਲ ਦੀ ਹੋਣੀ ਚਾਹੀਦੀ ਹੈ ਕਿ ਅਰਥਚਾਰੇ ਦਾ ਪਹੀਆ ਇਸ ਤੇਜ਼ੀ ਨਾਲ ਘੁੰਮੇ ਕਿ ਲਾਕਡਾਊਨ ਦੌਰਾਨ ਹੋਏ ਨੁਕਸਾਨ ਦੀ ਜ਼ਿਆਦਾ ਤੋਂ ਜ਼ਿਆਦਾ ਭਰਪਾਈ ਹੋ ਸਕੇ। ਡੈਂਡੀ ਇਹ ਕੋਸ਼ਿਸ਼ ਉਦੋਂ ਕਾਮਯਾਬ ਹੋਵੇਗੀ ਜਦੋਂ ਇਹ ਦੇਖਿਆ ਜਾਵੇਗਾ ਕਿ ਅਜਿਹੀਆਂ ਗਤੀਵਿਧੀਆਂ ਲਾਕਡਾਊਨ ਦੇ ਦਾਇਰੇ 'ਚ ਨਾ ਆਉਣ। ਡੰਡੀ ਜੋ ਅਰਥਚਾਰੇ ਨੂੰ ਰਫਤਾਰ ਦੇਣ 'ਚ ਸਹਾਇਕ ਹਨ। ਡੰਡੀ ਇਸ ਸਿਲਸਿਲੇ 'ਚ ਸੂਬਿਆਂ ਨੂੰ ਕਾਮਿਆਂ ਦੀ ਉਪਲਬਧਤਾ ਦੀ ਖਾਸ ਪਰਵਾਹ ਕਰਨੀ ਪਵੇਗੀ। ਡੰਡੀ ਸੂਬਿਆਂ ਨੂੰ ਚਾਹੀਦਾ ਹੈ ਕਿ ਉਹ ਕਾਮਿਆਂ ਲਈ ਅਨੁਕੂਲ ਮਾਹੌਲ ਤਰਜੀਹ ਦੇ ਆਧਾਰ 'ਤੇ ਤਿਆਰ ਕਰਨ। ਡੈਂਡੀ ਇਸ ਦੇ ਨਾਲ ਹੀ ਉਹਨਾਂ ਨੂੰ ਇਸ ਪ੍ਰਤੀ ਵੀ ਚੌਕਸ ਰਹਿਣਾ ਪਵੇਗਾ ਕਿ ਕੰਮ ਵਾਲੀਆਂ ਥਾਵਾਂ 'ਤੇ ਜਨਤਕ ਥਾਵਾਂ 'ਤੇ ਕਰੋਨਾ ਤੋਂ ਬਚੇ ਰਹਿਣ ਦੇ ਤੌਰ ਤਰੀਕਿਆਂ 'ਤੇ ਸਹੀ ਤਰ੍ਹਾਂ ਨਾਲ ਅਮਲ ਹੋਵੇ। ਡੈਂਡੀ ਬਿਨਾਂ ਸ਼ੱਕ ਅਜਿਹਾ ਉਦੋਂ ਹੀ ਹੋਵੇਗਾ ਜਦੋਂ ਆਮ ਲੋਕ ਵੀ ਸ਼ਾਸਨ ਪ੍ਰਸ਼ਾਸਨ ਦਾ ਸਹਿਯੋਗ ਕਰਨਗੇ। ਡੈਂਡੀ ਇਹ ਸਹੀ ਹੈ ਕਿ ਕਰੋਨਾ ਲਾਗ ਦੀ ਤੀਜੀ ਲਹਿਰ ਆਉਣ ਦੀ ਸੰਭਾਵਨਾ ਹੈ, ਪਰ ਜੇ ਟੀਕਾਕਰਨ ਨੂੰ ਤੇਜ਼ ਕਰਨ ਦੇ ਨਾਲ ਨਾਲ ਕਰੋਨਾ ਤੋਂ ਬਚੇ ਰਹਿਣ ਦੇ ਉਪਾਵਾਂ ਨੂੰ ਅਪਣਾਇਆ ਜਾ ਸਕੇ ਤਾਂ ਇਸ ਲਹਿਰ ਨੂੰ ਰੋਕਣ ਜਾਂ ਫਿਰ ਉਸ ਨੂੰ ਕੁਝ ਸਮੇਂ ਲਈ ਟਾਲਣ 'ਚ ਸਫਲਤਾ ਮਿਲ ਸਕਦੀ ਹੈ। ਡੈਂਡੀ ਧਿਆਨ ਰਹੇ ਕਿ ਕਈ ਦੇਸ਼ਾਂ 'ਚ ਤੀਜੀ ਲਹਿਰ ਜਾਂ ਤਾਂ ਆਈ ਨਹੀਂ ਜਾਂ ਫਿਰ ਕਮਜ਼ੋਰ ਰੂਪ 'ਚ ਆਈ। ਡੈਂਡੀ ਇਹ ਭਾਰਤ 'ਚ ਵੀ ਸੰਭਵ ਹੈ ਅਤੇ ਇਸ ਲਈ ਹੁਣੇ ਤੋਂ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਡੈਂਡੀ ਇਸ ਤਹਿਤ ਟੀਕਾਕਰਨ ਦੀ ਰਫਤਾਰ ਵਧਾਉਣ ਲਈ ਜੋ ਵੀ ਸੰਭਵ ਹੈ ਉਹ ਕੀਤਾ ਜਾਣਾ ਚਾਹੀਦਾ ਹੈ। ਡੈਂਡੀ ਹਾਲਾਂਕਿ 21 ਜੂਨ ਤੋਂ ਟੀਕਾਕਰਨ ਨੂੰ ਰਫਤਾਰ ਦੇਣ ਲਈ ਕਦਮ ਚੁੱਕੇ ਜਾ ਰਹੇ ਹਨ, ਪਰ ਗੱਲ ਉਦੋਂ ਬਣੇਗੀ ਜਦੋਂ ਅਸਲੀਅਤ 'ਚ ਅਜਿਹਾ ਹੋਵੇ। ਡੈਂਡੀ ਟੀਕਾਕਰਨ ਦੀ ਰਫਤਾਰ ਵੱਧਦੀ ਹੋਈ ਉਦੋਂ ਦਿਸੇਗੀ ਜਦੋਂ ਰੋਜ਼ਾਨਾ ਘੱਟੋ ਘੱਟ 50 ਲੱਖ ਟੀਕੇ ਲੱਗਣ ਅਤੇ ਫਿਰ ਉਹਨਾਂ ਦੀ ਗਿਣਤੀ ਰੋਜ਼ਾਨਾ 1 ਕਰੋੜ ਤੱਕ ਪਹੁੰਚ ਜਾਵੇ। ਡੈਂਡੀ ਇਹ ਕੋਈ ਮੁਸ਼ਕਲ ਕੰਮ ਨਹੀਂ, ਬਸ਼ਰਤੇ ਟੀਕਿਆਂ ਦੀ ਉਪਲਬਧਤਾ ਵਧਾਉਣ ਦੇ ਨਾਲ ਨਾਲ ਟੀਕਾਕਰਨ ਕੇਂਦਰਾਂ ਦੀ ਗਿਣਤੀ ਵੀ ਵਧਾਈ ਜਾ ਸਕੇ। ਡੈਂਡੀ ਹੁਣ ਸਰਕਾਰੀ ਖੇਤਰ 'ਚ 40,000 ਅਤੇ ਨਿੱਜੀ ਖੇਤਰ 'ਚ 2,000 ਟੀਕਾਕਰਨ ਕੇਂਦਰ ਹਨ। ਡੈਂਡੀ ਇੰਨੀ ਵੱਡੀ ਆਬਾਦੀ ਵਾਲੇ ਦੇਸ਼ 'ਚ ਇੰਨੇ ਟੀਕਾਕਰਨ ਕੇਂਦਰ ਨਾ ਕਾਫੀ ਹਨ। ਡੈਂਡੀ
टीकाकरण केंद्र वधाउण दे नाल नाल सरकारां नूं उस हिचक नूं तोड़न लई वी कुछ करना होवेगा जो टीका लगवाउण संबंधी लोकां दे मन च है। डंडी दुनिया भर दे प्रसिद्ध क्रांतिकारी ची गुवेरा दा जन्म 14 जून 1928 नूं अर्जनटाइना च होया सी। डंडी वो बचपन तो दमे दा मरीज सी। डंडी उसने बीमारी दी कोई परवाह ना कीती ते डॉक्टरी दी पढ़ाई करन उपरंत आलमी क्रांति दा राह चुन लिया। डंडी पढ़ाई दौरान ही उसने अपने एक मित्र नाल मोटरसाइकल ते वेनजुएला चिली कोलंबिया ते पीरू देशां दा दौरा कीता। डंडी वो इन्हां देशां च पसरी गरीबी नूं वेख के व्याकुल हो गया। डंडी उस दी ख्वाहिश होर जाग उठी के लातीनी अमरीका दे बाकी देशां विच वी जा के उत्थों दे हालात जाने जान। डंडी वो 1954 विच कोलंबिया बोलीविया पनामा कोस्टारिका आदि देशां च गया जिथों दे भैड़े हालात देख के उस दा दिल वलूंदरिया गया। डंडी उसने सिट्टा कढ़िया के गुरबत दी जड़ कारपोरेट कंपनियां भाव पूंजीवादी सिस्टम है जो सारे सोमिया ते काबज है। डंडी वो जानदा सी के पूंजीवादी प्रबंध दे खात्मे दा एक मात्र तरीका आलमी इनकलाब है। डंडी वो ब्राज़ील तो ग्वाटेमाला पहुँच के सरकार नाल कम्मा च जुट गया। डंडी उस दी अगवाई थले ग्वाटेमाला दे लोकां ने अमरीका विरोधी प्रदर्शन शुरू कर दिते ते अमरीका पक्षी सरकार ने उस समेत बागियां नूं देश निकाला दे दिता ते वो मैक्सीको चले गए। डंडी मैक्सीको विखे उस दा मेल क्यूबा दे क्रांतिकारी फीदल कास्त्रो नाल हो गया ते दोवां दी इनकलाबी दोस्ती बन गई। डंडी उस वक्त अमरीका दे बिल्कुल पैरां थले वसे देश क्यूबा दा गुप्त रूप च क्रांतिकारी युद्ध चल रहा सी। डंडी उत्थों दे किसान मजदूर नौजवान ते छोटा दस्तकार अमरीका पक्षी सरकार तो अंतां दा दुखी सी। डंडी खेतीबाड़ी दी 80% जमीन ते कारपोरेट घराने काबज सन। डंडी देश गरीबी नाल भन्निया पिया सी। डंडी अमरीकी फौजां फीदल कास्त्रो दे खून दियां प्यासियां सन। डंडी अजिहे हालात दरमियान फीदल गुआंढी देशां च रह के इनकलाब दियां जड़ां मजबूत कर रहा सी। डंडी दोवां दी सहमति बन गई कि क्यूबा दे जमीनी हालात इस वक्त बिल्कुल क्रांति दे अनुकूल हन। डंडी इस लई क्यूबा जा के हालात दा फायदा लिया जावे। डंडी दोवां दी दोस्ती रंग लियाई ते पंजाब तो भी छोटा देश क्यूबा अमरीका तो मुक्त हो गया। डंडी दोवें मैक्सीको तो किश्ती लै के गरहमा नदी राही क्यूबा नू ठहल पए। डंडी किश्ती च 90
ਦੇ ਕਰੀਬ ਕ੍ਰਾਂਤੀਕਾਰੀ ਸਨ। ਡੈਂਡੀ ਜਦੋਂ ਉਹ 25 ਨਵੰਬਰ 1956 ਨੂੰ ਕਿਊਬਾ ਪੁੱਜੇ ਤਾਂ ਦੇਸ਼ ਦੇ ਕਾਬਜ਼ ਤਾਨਾਸ਼ਾਹ ਦੀਆਂ ਅਮਰੀਕਾ ਪੱਖੀ ਫੌਜਾਂ ਨੇ ਉਹਨਾਂ 'ਤੇ ਹਮਲਾ ਕਰ ਦਿੱਤਾ। ਡੈਂਡੀ ਇਸ ਹਮਲੇ 'ਚ 60 ਦੇ ਕਰੀਬ ਕ੍ਰਾਂਤੀਕਾਰੀਆਂ ਦੀ ਜਾਨ ਗਈ। ਡੈਂਡੀ ਸਟਾਰਟ। ਭਾਰਤ ਇੱਕ ਵਿਕਾਸਸ਼ੀਲ ਦੇਸ਼ ਹੈ ਜਿਹੜਾ 22 ਰਾਜਾਂ ਅਤੇ 9 ਸੰਘੀ ਖੇਤਰਾਂ ਵਿੱਚ ਵੰਡਿਆ ਹੋਇਆ ਹੈ। ਡੰਡੀ ਪੰਜਾਬ ਉਹਨਾਂ ਵਿੱਚੋਂ ਇੱਕ ਤਰੱਕੀ ਕਰ ਰਿਹਾ ਰਾਜ ਹੈ। ਡੰਡੀ ਅੱਜ ਕੱਲ੍ਹ ਮੁਕਾਬਲੇ ਦਾ ਜ਼ਮਾਨਾ ਚੱਲ ਰਿਹਾ ਹੈ। ਡੰਡੀ ਇਸ ਵਿੱਚ ਹਰ ਰਾਜ ਇੱਕ ਦੂਜੇ ਨਾਲੋਂ ਵੱਧ ਵਿਕਾਸ ਕਰਨ ਦੀ ਅਤੇ ਅੱਗੇ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਡੰਡੀ ਪੰਜਾਬ ਵਿੱਚ 80% ਲੋਕ ਪਿੰਡਾਂ ਵਿੱਚ ਰਹਿੰਦੇ ਅਤੇ ਖੇਤੀਬਾੜੀ ਦੇ ਕਿੱਤੇ 'ਤੇ ਨਿਰਭਰ ਕਰਦੇ ਹਨ, ਜਿਸ ਕਰਕੇ ਰਾਜ ਉਦਯੋਗਿਕ ਖੇਤਰ ਵਿੱਚ ਅੱਗੇ ਲੰਘ ਰਿਹਾ। ਡੰਡੀ ਆਜ਼ਾਦੀ ਤੋਂ ਪਹਿਲਾਂ ਵੀ ਲਘੂ ਉਦਯੋਗਾਂ 'ਤੇ ਜ਼ੋਰ ਦਿੱਤਾ ਜਾਂਦਾ ਸੀ, ਜਿਸ ਕਰਕੇ ਰਾਜ ਉਦਯੋਗਿਕ ਖੇਤਰ ਵਿੱਚ ਜ਼ਿਆਦਾ ਹਿੱਸਾ ਨਹੀਂ ਪਾ ਸਕਿਆ। ਡੰਡੀ ਪਰ ਆਜ਼ਾਦੀ ਤੋਂ ਬਾਅਦ ਭਾਰਤ ਸਰਕਾਰ ਨੇ 1948 ਵਿੱਚ ਉਦਯੋਗਿਕ ਨੀਤੀ ਅਪਣਾਈ ਅਤੇ ਇਸ ਅਨੁਸਾਰ ਉਦਯੋਗਾਂ ਨੂੰ ਵੱਖ ਵੱਖ ਕਿਸਮਾਂ ਵਿੱਚ ਵੰਡ ਦਿੱਤਾ, ਜਿਸ ਵਿੱਚ 1956 ਵਿੱਚ ਦੁਬਾਰਾ ਤਰਮੀਮ ਕੀਤੀ ਗਈ। ਡੰਡੀ 1973 ਵਿੱਚ ਸਰਕਾਰ ਨੇ ਲਾਇਸੈਂਸ ਨੀਤੀ ਬਣਾਈ ਤਾਂ ਕਿ ਉਦਯੋਗਾਂ ਵਿੱਚ ਸਫਲਤਾ ਪ੍ਰਾਪਤ ਕੀਤੀ ਜਾ ਸਕੇ। ਡੰਡੀ ਉਦਯੋਗਾਂ ਨੂੰ ਉਹਨਾਂ ਦੇ ਪੂੰਜੀ ਨਿਵੇਸ਼ ਅਨੁਸਾਰ ਵੰਡਿਆ ਗਿਆ ਹੈ। ਡੰਡੀ ਜਿਨ੍ਹਾਂ ਉਦਯੋਗਾਂ ਵਿੱਚ 2 ਲੱਖ ਤੱਕ ਨਿਵੇਸ਼ ਕੀਤਾ ਗਿਆ ਹੈ ਉਹਨਾਂ ਨੂੰ ਟੈਨੀ ਯੂਨਿਟ ਕਿਹਾ ਗਿਆ। 20 ਲੱਖ ਦੇ ਨਿਵੇਸ਼ ਤੱਕ ਛੋਟੇ ਪੈਮਾਨੇ ਦੇ ਉਦਯੋਗ ਅਤੇ 25 ਲੱਖ ਤੱਕ ਸਹਾਇਤਾ ਯੂਨਿਟ ਅਤੇ ਇਸ ਤੋਂ ਵੱਧ ਵਾਲੇ ਵੱਡੇ ਪੈਮਾਨੇ ਦੇ ਉਦਯੋਗ ਛੋਟੇ ਪੈਮਾਨੇ ਦੇ ਉਦਯੋਗਾਂ ਲਈ 130 ਵਸਤਾਂ ਰੱਖੀਆਂ ਗਈਆਂ, ਜਿਹੜੀਆਂ ਕਿ ਜਨਤਾ ਸਰਕਾਰ ਨੇ 504 ਕਰ ਦਿੱਤੀਆਂ ਤਾਂ ਜੋ ਪੈਸਾ ਕੁਝ ਹੱਥਾਂ ਵਿੱਚ ਨਾ ਰਹੇ ਅਤੇ ਦਰਮਿਆਨੇ ਅਤੇ ਹੇਠਲੇ ਤਬਕੇ ਦੇ ਲੋਕਾਂ ਦਾ ਵਿਕਾਸ ਹੋ ਸਕੇ। ਡੰਡੀ ਪਰਾ ਪੰਜਾਬ ਰਾਜ ਦਾ ਰਕਬਾ 50 ਲੱਖ ਹੈਕਟੇਅਰ ਹੈ ਅਤੇ 1971 ਦੀ ਮਰਦਮਸ਼ੁਮਾਰੀ ਅਨੁਸਾਰ ਇਸ ਦੀ ਵਸੋਂ 1.35 ਕਰੋੜ ਹੈ। ਡੰਡੀ ਪੰਜਾਬ ਵਿੱਚ ਉਦਯੋਗਿਕ ਵਿਕਾਸ ਲਈ ਕਈ ਸਮੱਸਿਆਵਾਂ ਹਨ, ਜਿਵੇਂ ਕਿ ਕੱਚੇ ਮਾਲ ਸ਼ਕਤੀ, ਟਰਾਂਸਪੋਰਟ ਅਤੇ ਮੰਡੀ ਦੀਆਂ ਸਹੂਲਤਾਂ ਆਦਿ, ਜਿਸ ਕਰਕੇ ਉਤਪਾਦਨ ਦੀ ਕੀਮਤ ਜ਼ਿਆਦਾ ਹੁੰਦੀ ਹੈ ਅਤੇ ਮੰਡੀ ਦੇ ਮੁਕਾਬਲੇ ਵਿੱਚ ਆਉਣਾ ਔਖਾ ਹੋ ਜਾਂਦਾ ਹੈ। ਡੰਡੀ ਪੰਜਾਬ ਸਰਕਾਰ ਨੇ ਸ਼ਕਤੀ ਦੀ ਸਮੱਸਿਆ ਨੂੰ ਸੁਲਝਾਉਣ ਲਈ ਰੋਪੜ ਵਿਖੇ ਥਰਮਲ ਪਲਾਂਟ ਦੀ ਨੀਂਹ ਰੱਖੀ ਹੈ। ਡੰਡੀ ਪੰਜਾਬ ਵਿੱਚ 1 ਲੱਖ ਆਬਾਦੀ ਪਿੱਛੇ 800 ਉਦਯੋਗਿਕ ਕਾਮੇ ਹਨ। ਡੰਡੀ ਪੰਜਾਬ ਵਿੱਚ ਵੱਡੇ ਪੈਮਾਨੇ ਦੇ ਉਦਯੋਗ ਬਹੁਤ ਘੱਟ ਹਨ। ਡੰਡੀ ਇਸ ਦਾ ਮੁੱਖ ਕਾਰਨ ਇਹ ਵੀ ਹੈ ਕਿ ਛੋਟੇ ਪੈਮਾਨੇ ਦੇ ਉਦਯੋਗ ਉਹ ਚੀਜ਼ਾਂ ਵਸਤਾਂ ਪੈਦਾ ਨਹੀਂ ਕਰਦੇ ਜਿਹੜੀਆਂ ਕਿ ਵੱਡੇ ਪੈਮਾਨੇ ਦੇ ਉਦਯੋਗਾਂ ਲਈ ਬਹੁਤ ਲੋੜੀਂਦੀਆਂ ਹਨ। ਡੰਡੀ ਪ੍ਰਤੀ ਲੱਖ ਆਬਾਦੀ ਪਿੱਛੇ ਮੁੰਬਈ ਵਿੱਚ 61 ਅਤੇ ਮਦਰਾਸ ਅਤੇ ਬੰਗਾਲ ਵਿੱਚ 2000 ਉਦਯੋਗਿਕ ਕਾਮੇ ਹਨ। ਡੰਡੀ ਪੰਜਾਬ ਰਾਜ ਦੀ ਕੁੱਲ ਆਮਦਨ ਵਿੱਚ ਉਦਯੋਗਿਕ ਅਦਾਰੇ 12% ਹਿੱਸਾ ਪਾਉਂਦੇ ਹਨ। ਡੰਡੀ ਚਾਣਕੀਆ ਕਹਿੰਦੇ ਹਨ
ਸ਼ਾਂਤੀ ਦੇ ਬਰਾਬਰ ਕੋਈ ਤਪ ਨਹੀਂ, ਸਬਰ ਤੋਂ ਵੱਧ ਕੇ ਕੋਈ ਧਰਮ ਨਹੀਂ ਡੰਡੀ। ਸੁੱਖ ਲਈ ਦੁਨੀਆ ਵਿੱਚ ਹਰ ਜਗ੍ਹਾ ਚਾਹਤ ਹੈ, ਪਰ ਸੁੱਖ ਉਸੇ ਨੂੰ ਮਿਲਦਾ ਹੈ ਜਿਸ ਨੂੰ ਸਬਰ ਕਰਨਾ ਆਉਂਦਾ ਹੈ। ਡੰਡੀ ਮਨ 'ਚ ਜਗਿਆਸਾ ਉੱਠਦੀ ਹੈ ਕਿ ਸਬਰ ਹੈ ਕਿ ਸਬਰ ਦਾ ਮਤਲਬ ਹੈ ਇਛਾਵਾਂ ਦਾ ਤਿਆਗ। ਡੰਡੀ ਸਾਰੀਆਂ ਇਛਾਵਾਂ ਦਾ ਤਿਆਗ ਕਰਕੇ ਆਪਣੀ ਹਾਲਤ 'ਤੇ ਸਬਰ ਕਰਨਾ ਹੀ ਸੁੱਖ ਨੂੰ ਪ੍ਰਾਪਤ ਕਰ ਲੈਣਾ ਹੈ। ਡੰਡੀ ਜੀਵਨ ਦੇ ਨਾਲ ਖਾਹਿਸ਼ਾਂ ਕਾਮਨਾਵਾਂ ਅਤੇ ਉਮੀਦਾਂ ਰਹਿੰਦੀਆਂ ਹੀ ਹਨ, ਪਰ ਇਹ ਵੀ ਸੱਚ ਹੈ ਕਿ ਸੁਖੀ ਜੀਵਨ ਲਈ ਸਾਡੀ ਇੱਛਾ ਸ਼ਕਤੀ 'ਤੇ ਕਿਤੇ ਤਾਂ ਵਿਰਾਮ ਲੱਗਣਾ ਚਾਹੀਦਾ ਹੈ। ਡੰਡੀ ਇੱਛਾ ਦੇ ਵੇਗ ਵਿੱਚ ਵਿਰਾਮ ਨੂੰ ਹੀ ਸਬਰ ਦਾ ਨਾਂ ਦੇ ਸਕਦੇ ਹਾਂ। ਡੰਡੀ ਆਚਾਰੀਆ ਗੋਰੇ ਲਾਲ ਦਾ ਮਤ ਹੈ, ਸਬਰ ਮਨ ਦੀ ਉਹ ਅਵਸਥਾ ਹੈ ਜਿਸ ਵਿੱਚ ਮਨੁੱਖ ਪੂਰਨ ਤ੍ਰਿਪਤੀ ਜਾਂ ਪ੍ਰਸੰਨਤਾ ਦਾ ਅਹਿਸਾਸ ਕਰਦਾ ਹੈ, ਅਰਥਾਤ ਇੱਛਾ ਬਾਕੀ ਹੀ ਨਹੀਂ ਰਹਿੰਦੀ। ਡੰਡੀ ਜੀਵਨ 'ਚ ਸੰਪੱਤੀ ਅਤੇ ਖੁਸ਼ਹਾਲੀ ਦੀ ਦੌੜ ਤੋਂ ਉਹ ਸੁੱਖ ਨਹੀਂ ਮਿਲਦਾ ਜੋ ਸਬਰ ਰੂਪੀ ਰੁੱਖ ਦੀ ਠੰਡੀ ਛਾਂ ਵਿੱਚ ਆਪ ਮੁਹਾਰੇ ਮਿਲ ਜਾਂਦਾ ਹੈ। ਡੰਡੀ ਸਾਨੂੰ ਚਾਹੀਦਾ ਹੈ ਕਿ ਅਸੀਂ ਯਤਨ ਅਤੇ ਮਿਹਨਤ ਦੇ ਸਿੱਟੇ ਵਜੋਂ ਪ੍ਰਾਪਤ ਹੋਣ ਵਾਲੀ ਪ੍ਰਸੰਨਤਾ 'ਤੇ ਸਬਰ ਕਰਨਾ ਸਿੱਖੀਏ। ਡੰਡੀ ਨਿਸ਼ਕਾਮ ਕਰਮਯੋਗ ਇਛਾਵਾਂ ਦਾ ਦਮਨ, ਲੋਭ ਦਾ ਤਿਆਗ ਜਾਂ ਇੰਦਰੀਆਂ 'ਤੇ ਅਧਿਕਾਰ, ਇਹ ਸਭ ਉਪਦੇਸ਼ ਸਬਰ ਵੱਲ ਲੈ ਕੇ ਜਾਣ ਵਾਲੇ ਪੜਾਅ ਹੀ ਤਾਂ ਹਨ। ਡੰਡੀ ਸੱਚ ਹੈ ਕਿ ਸਬਰ ਕੁਦਰਤੀ ਦੌਲਤ ਹੈ ਅਤੇ ਮਕਬੂਲੀਅਤ ਫਰਜ਼ੀ ਗਰੀਬੀ। ਡੰਡੀ ਸਬਰ ਦਾ ਆਦਰਸ਼ ਇਹੀ ਹੈ ਕਿ ਅਸੀਂ ਖਾਹਿਸ਼ਾਂ ਨੂੰ ਸੀਮਤ ਰੱਖ ਕੇ ਸੱਚ ਅਤੇ ਇਮਾਨਦਾਰੀ ਨਾਲ ਭਰੀ ਮਿਹਨਤ ਕਰੀਏ ਅਤੇ ਫਲ ਦੀ ਚਿੰਤਾ ਨਾ ਕਰਦਿਆਂ ਉਸਨੂੰ ਪਰਮਾਤਮਾ ਅਤੇ ਹਾਲਾਤ 'ਤੇ ਛੱਡ ਦੇਈਏ। ਡੰਡੀ ਹਰੇਕ ਮਨੁੱਖ ਵਿੱਚ ਸਮਾਜ ਲਈ ਫਾਇਦੇਮੰਦ ਬਣਨ ਦਾ ਭਾਵ ਹੋਣਾ ਚਾਹੀਦਾ ਹੈ। ਡੰਡੀ ਸਮਾਜ ਲਈ ਫਾਇਦੇਮੰਦ ਬਣ ਕੇ ਹੀ ਸਭ ਚਿੰਤਾਵਾਂ ਨੂੰ ਦੂਰ ਕਰ ਸਕਦੇ ਹਾਂ। ਡੰਡੀ ਸਾਨੂੰ ਇਸ ਤੱਥ ਦਾ ਚੰਗੀ ਤਰ੍ਹਾਂ ਗਿਆਨ ਹੋਣਾ ਚਾਹੀਦਾ ਹੈ ਕਿ ਸੁਖੀ ਹੋਣ ਦਾ ਭਾਵ ਹੈ ਦੂਜਿਆਂ ਨੂੰ ਸੁਖੀ ਬਣਾਉਣਾ। ਡੰਡੀ ਮਨ ਬੋਲ ਬਾਣੀ ਅਤੇ ਕਰਮ ਤੋਂ ਸ਼ੁੱਧ ਸ਼ਖਸੀਅਤ ਹੀ ਸੱਚੇ ਸੁੱਖ ਦੀ ਰਸ ਧਾਰਾ ਵਿੱਚ ਸਦਾ ਇਸ਼ਨਾਨ ਕਰਦੀ ਹੈ। ਡੰਡੀ ਆਤਮਾ ਵਿੱਚ ਸੁੱਖ ਸੁੰਦਰਤਾ ਦੀ ਅਥਾਹ ਬਾਰਿਸ਼ ਲਈ ਸਬਰ ਇੱਕ ਸੁੰਦਰ ਬੱਦਲ ਹੈ ਅਤੇ ਉਸ ਤੋਂ ਵਰਨ ਵਾਲਾ ਪਾਣੀ। ਡੰਡੀ ਸਬਰ ਸੁੱਖ ਦਾ ਸਭ ਤੋਂ ਵੱਡਾ ਸਾਧਨ ਹੈ ਜੋ ਦਿਮਾਗ ਦੇ ਝੁਕਾਅ 'ਤੇ ਨਿਰਭਰ ਕਰਦਾ ਹੈ। ਡੰਡੀ ਹਰ ਰੋਜ਼ ਤਾਜ਼ੇ ਅਤੇ ਸ਼ੁੱਧ ਪਾਣੀ ਨਾਲ ਇਸ਼ਨਾਨ ਕਰਨ ਨਾਲ ਚਮੜੀ ਸਾਫ਼ ਹੋ ਜਾਂਦੀ ਹੈ, ਥਕਾਵਟ ਦੂਰ ਹੋ ਜਾਂਦੀ ਹੈ ਅਤੇ ਸਰੀਰ ਵਿੱਚ ਮੁੜ ਚੁਸਤੀ ਅਤੇ ਫੁਰਤੀ ਆ ਜਾਂਦੀ ਹੈ। ਡੰਡੀ ਇਸ ਨਾਲ ਦਿਮਾਗ ਨੂੰ ਵਧੇਰੇ ਤਾਜ਼ਗੀ ਮਿਲਦੀ ਹੈ। ਡੰਡੀ ਇਨਸਾਨ ਠੰਡੇ ਕੋਸੇ ਜਾਂ ਗਰਮ ਪਾਣੀ ਨਾਲ ਕੀਤਾ ਜਾ ਸਕਦਾ ਹੈ। ਡੰਡੀ ਤਾਜ਼ਾ ਠੰਡਾ ਪਾਣੀ ਸਭ ਤੋਂ ਉੱਤਮ ਹੈ। ਡੰਡੀ ਨੌਜਵਾਨਾਂ ਨੂੰ ਸਦਾ ਤਾਜ਼ੇ ਠੰਡੇ ਪਾਣੀ ਨਾਲ ਹੀ ਨਹਾਉਣਾ ਚੰਗਾ ਰਹਿੰਦਾ ਹੈ। ਡੰਡੀ ਇਸ ਨਾਲ ਸਰੀਰ ਵਿੱਚ ਗਰਮੀ ਸਰਦੀ ਦੇ ਪ੍ਰਭਾਵ ਨੂੰ ਰੋਕਣ ਲਈ ਵਧੇਰੇ ਸ਼ਕਤੀ ਆਉਂਦੀ ਹੈ। ਡੰਡੀ ਸਰਦੀਆਂ ਵਿੱਚ ਕੋਸੇ ਪਾਣੀ ਦਾ ਇਸ਼ਨਾਨ ਵੀ ਚੰਗਾ ਰਹਿੰਦਾ ਹੈ। ਡੰਡੀ ਇਸ ਰੁੱਤ ਵਿੱਚ ਸਵੇਰ ਵੇਲੇ ਖੂਹ 'ਤੇ ਨਲਕੇ ਦਾ ਪਾਣੀ ਕੋਸਾ ਹੁੰਦਾ ਹੈ। ਡੰਡੀ ਕੋਸੇ ਪਾਣੀ ਨਾਲ ਨਹਾਉਣ 'ਤੇ ਦਿਮਾਗ ਨੂੰ ਆਰਾਮ ਆਉਂਦਾ ਹੈ ਅਤੇ ਨੀਂਦ ਛੇਤੀ ਆ ਜਾਂਦੀ ਹੈ। ਡੰਡੀ ਇਸ ਲਈ ਸੌਣ ਤੋਂ ਪਹਿਲਾਂ ਨਹਾਉਣਾ ਬਹੁਤ ਲਾਭਦਾਇਕ ਹੈ। ਡੰਡੀ ਗਰਮ ਪਾਣੀ
ਨਾਲ ਨਹਾਉਣ ਸਮੇਂ ਬਹੁਤ ਮਜ਼ਾ ਆਉਂਦਾ ਹੈ ਕਿਉਂਕਿ ਇਸ ਦਾ ਤਾਪਮਾਨ ਸਰੀਰ ਦੇ ਤਾਪਮਾਨ ਤੋਂ ਵਧੇਰੇ ਹੁੰਦਾ ਹੈ। ਡੰਡੀ ਗਰਮ ਪਾਣੀ ਦੇ ਇਸ਼ਨਾਨ ਨਾਲ ਕਈ ਵਾਰ ਸਰੀਰ ਦੇ ਅੰਦਰੂਨੀ ਅੰਗਾਂ ਦੇ ਤਾਪਮਾਨ ਵਿੱਚ ਵਿਘਨ ਪੈ ਜਾਂਦਾ ਹੈ ਅਤੇ ਨਹਾਉਣ ਤੋਂ ਬਾਅਦ ਵੀ ਬਹੁਤ ਛੇਤੀ ਠੰਡ ਲੱਗਣ ਦਾ ਡਰ ਹੁੰਦਾ ਹੈ। ਡੰਡੀ ਇਸ ਨਾਲ ਚਮੜੀ ਗਰਮ ਹੋ ਜਾਂਦੀ ਹੈ, ਮੈਲ ਚੰਗੀ ਤਰ੍ਹਾਂ ਉਤਰ ਜਾਂਦੀ ਹੈ ਅਤੇ ਕੁਝ ਥਕਾਵਟ ਦੂਰ ਹੋ ਜਾਂਦੀ ਹੈ। ਡੰਡੀ ਇਸ ਲਈ ਸਖਤ ਕਸਰਤ ਜਾਂ ਖੇਡ ਤੋਂ ਬਾਅਦ ਗਰਮ ਪਾਣੀ ਨਾਲ ਨਹਾ ਕੇ ਗਰਮ ਕੱਪੜੇ ਪਾ ਲੈਣਾ ਹੀ ਚੰਗਾ ਰਹਿੰਦਾ ਹੈ। ਡੰਡੀ ਇਸ਼ਨਾਨ ਕਰਨ ਸਮੇਂ ਪਹਿਲਾਂ ਹੱਥਾਂ ਪੈਰਾਂ ਉੱਤੇ ਪਾਣੀ ਪਾਉਣਾ ਚਾਹੀਦਾ ਹੈ ਅਤੇ ਫਿਰ ਮੂੰਹ ਧੋਣਾ ਚਾਹੀਦਾ ਹੈ। ਡੰਡੀ ਇਸ ਨਾਲ ਸਰੀਰ ਦਾ ਤਾਪਮਾਨ ਪਾਣੀ ਦੇ ਅਨੁਕੂਲ ਹੋ ਜਾਂਦਾ ਹੈ। ਡੰਡੀ ਇਸ ਤੋਂ ਬਾਅਦ ਲੱਤਾਂ ਬਾਹਾਂ ਨੂੰ ਧੋ ਕੇ ਫਿਰ ਪਿੰਡੇ ਉੱਤੇ ਪਾਣੀ ਪਾਉਣਾ ਚਾਹੀਦਾ ਹੈ। ਡੰਡੀ ਇਸੇ ਤਰ੍ਹਾਂ ਸਰੀਰ ਦੇ ਅੰਦਰਲੇ ਅੰਗਾਂ ਆਦਿ ਉੱਪਰ ਪਾਣੀ ਦੇ ਤਾਪਮਾਨ ਦਾ ਅਚਾਨਕ ਠੰਡਾ ਜਾਂ ਗਰਮ ਅਸਰ ਨਹੀਂ ਪੈਂਦਾ। ਡੰਡੀ ਇਸ ਤੋਂ ਬਾਅਦ ਸਾਬਣ ਲਾ ਕੇ ਖੂਬ ਮਲਣਾ ਅਤੇ ਫਿਰ ਪਿੰਡੇ ਨੂੰ ਚੰਗੀ ਤਰ੍ਹਾਂ ਪਾਣੀ ਨਾਲ ਧੋ ਲੈਣਾ ਠੀਕ ਰਹਿੰਦਾ ਹੈ। ਡੰਡੀ ਇਸ਼ਨਾਨ ਪੂਰਾ ਕਰਨ ਤੋਂ ਬਾਅਦ ਸਰੀਰ ਨੂੰ ਸਾਫ਼ ਅਤੇ ਸੋਹਣੇ ਤੌਲੀਏ ਨਾਲ ਚੰਗੀ ਤਰ੍ਹਾਂ ਰਗੜ ਕੇ ਸਾਫ਼ ਕਰਨਾ ਚਾਹੀਦਾ ਹੈ। ਡੰਡੀ ਤੌਲੀਏ ਨਾਲ ਕੰਨਾਂ ਦੇ ਆਲੇ ਦੁਆਲੇ ਮੈਲ ਲਾਉਣੀ ਚਾਹੀਦੀ ਹੈ। ਡੰਡੀ ਨਹਾਉਂਦੇ ਸਮੇਂ ਕੰਨਾਂ ਵਿੱਚ ਪਾਣੀ ਨਹੀਂ ਪੈਣ ਦੇਣਾ ਚਾਹੀਦਾ। ਡੰਡੀ ਨਹਾਉਂਦੇ ਸਮੇਂ ਚੂਲੀ ਕਰਨੀ, ਨੱਕ ਸਾਫ਼ ਕਰਨਾ ਅਤੇ ਅੱਖਾਂ ਵਿੱਚ ਛਿੱਟੇ ਮਾਰਨੇ ਵੀ ਸਿਹਤ ਲਈ ਬਹੁਤ ਲਾਭਦਾਇਕ ਹਨ। ਡੰਡੀ ਸਰੀਰ ਨੂੰ ਤੌਲੀਏ ਨਾਲ ਸਾਫ਼ ਕਰਨ ਤੋਂ ਬਾਅਦ ਜੇਕਰ ਵਾਲਾਂ ਵਾਲੇ ਭਾਗਾਂ ਉੱਤੇ ਕੋਈ ਵਧੀਆ ਕਿਸਮ ਦਾ ਥੋੜ੍ਹਾ ਪਾਊਡਰ ਵੀ ਪਾ ਲਿਆ ਜਾਵੇ ਤਾਂ ਇਸ ਦਾ ਕੋਈ ਨੁਕਸਾਨ ਨਹੀਂ। ਡੰਡੀ ਨਹਾਉਣ ਤੋਂ ਬਾਅਦ ਹਰ ਰੋਜ਼ ਬਨੈਣ ਅਤੇ ਕੱਛਾ ਬਦਲੀ ਕਰਨਾ ਵੀ ਬਹੁਤ ਚੰਗੀ ਆਦਤ ਹੈ। ਡੰਡੀ ਭੋਜਨ ਤੋਂ ਬਾਅਦ ਇਸ਼ਨਾਨ ਕਰਨਾ ਠੀਕ ਨਹੀਂ ਕਿਉਂਕਿ ਇਸ ਨਾਲ ਭੋਜਨ ਦੇ ਪਚਨ ਵਿੱਚ ਵਿਘਨ ਪੈਂਦਾ ਹੈ। ਡੰਡੀ ਬਿਮਾਰੀ ਦੀ ਹਾਲਤ ਵਿੱਚ ਡਾਕਟਰ ਦੀ ਸਲਾਹ ਤੋਂ ਬਿਨਾਂ ਨਹਾਉਣਾ ਉਚਿਤ ਨਹੀਂ। ਡੰਡੀ ਬੰਦ ਕਮਰੇ ਵਿੱਚ ਨਹਾਉਣਾ ਵਧੇਰੇ ਚੰਗਾ ਰਹਿੰਦਾ ਹੈ ਕਿਉਂਕਿ ਇਸ ਨਾਲ ਸਰੀਰ ਨੂੰ ਠੰਡੀ ਹਵਾ ਨਹੀਂ ਲੱਗਦੀ। ਡੰਡੀ ਚਮੜੀ ਅਤੇ ਕਦੇ ਕਦੇ ਸਰ੍ਹੋਂ ਦੇ ਤੇਲ ਦੀ ਮਾਲਿਸ਼ ਕਰਨ ਨਾਲ ਉਹ ਨਰਮ, ਮੁਲਾਇਮ ਅਤੇ ਚਮਕਦਾਰ ਹੋ ਜਾਂਦੀ ਹੈ। ਡੰਡੀ ਕੁਝ ਸਮੇਂ ਤੋਂ ਆਲਮੀ ਪੱਧਰ 'ਤੇ ਅਜਿਹੀਆਂ ਸੁਰਾਂ ਉੱਭਰੀਆਂ ਹਨ ਜਿਨ੍ਹਾਂ ਦਾ ਜ਼ੋਰ ਇਸ ਗੱਲ ਦੀ ਡੂੰਘਾਈ ਨਾਲ ਪੜਤਾਲ ਕਰਨ 'ਤੇ ਹੈ ਕਿ ਕਰੋਨਾ ਵਾਇਰਸ ਵੁਹਾਨ ਲੈਬ 'ਚੋਂ ਨਿਕਲਿਆ। ਟੈਂਡੀ ਜੇ ਅਜਿਹਾ ਹੋਇਆ ਹੈ ਤਾਂ ਕੋਵਿਡ-19 ਮਹਾਂਮਾਰੀ 'ਤੇ ਪਰਦਾ ਪਾਉਣ ਦੀ ਚੀਨੀ ਕੋਸ਼ਿਸ਼ ਨੂੰ ਇਸ ਸਦੀ ਦਾ ਸਭ ਤੋਂ ਵੱਡਾ ਅਪਰਾਧ ਮੰਨਿਆ ਜਾਵੇਗਾ। ਡੰਡੀ ਆਲਮੀ ਜੰਗ ਦੀ ਤਰ੍ਹਾਂ ਹੀ ਇਹ ਮਹਾਂਮਾਰੀ ਵੀ ਪੂਰੀ ਦੁਨੀਆ ਲਈ ਨਿਰਣਾਇਕ ਬਣ ਗਈ ਹੈ। ਡੰਡੀ ਜਿੱਥੋਂ ਇਹ ਮਹਾਂਮਾਰੀ ਨਿਕਲੀ ਉਹ ਦੇਸ਼ ਨੂੰ ਛੱਡ ਕੇ ਉਸ ਦੀ ਤਬਾਹੀ ਦੇ ਖਤਰਨਾਕ ਨਿਸ਼ਾਨ ਦੁਨੀਆ ਭਰ 'ਚ ਦੇਖੇ ਜਾ ਰਹੇ ਹਨ। ਡੰਡੀ ਚੀਨ ਹੀ ਇਸ ਤੋਂ ਸਭ ਤੋਂ ਘੱਟ ਪ੍ਰਭਾਵਿਤ ਹੋਣ ਵਾਲਾ ਦੇਸ਼ ਹੈ। ਡੰਡੀ ਪੈਰਾ ਇਹ ਤੱਥ ਵੀ ਘੱਟ ਅਜੀਬ ਨਹੀਂ ਕਿ ਮਹਾਂਮਾਰੀ ਤੋਂ ਉਪਜੀ ਜਿਸ ਆਲਮੀ ਦਸ਼ਾ ਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ ਉਹ ਚੀਨ ਲਈ ਵਿਆਪਕ ਆਰਥਿਕ ਲਾਭ ਦਾ ਕਾਰਨ ਬਣੀ। ਡੰਡੀ ਮਹਾਂਮਾਰੀ ਦੌਰਾਨ ਉਸ ਦਾ ਅਰਥਚਾਰਾ
तेजी नाल वधदा फुलदा रहा ते उस दा निर्यात भी वधदा ही गया। डंडी जे किसी होर देश तो निकलिया अजिहा कोई खतरनाक वायरस दुनिया भर च महामारी फैला के उथल पुथल मचाउंदा तां यकीनन ओ आलमी कटहरे च खड़ा हुंदा, पर चीन हुण तक इस महामारी दी जिम्मेवारी तो बचदा रहा है। डंडी इन्ना ही नहीं, ओ कोरोना वायरस दे पैदा होण नूं लै के डूंघाई नाल जांच दी दिशा नूं पटकाउण च सफल होया है। डंडी कोरोना दी उत्पत्ति नूं लै के अमरीकी राष्ट्रपति जो बाइडन वल्लों डूंघाई नाल जांच कीते जाण च देरी नाल दिखाई गई दिलचस्पी दे बावजूद आलमी भाईचारे का ध्यान महामारी की जड़ च जान की बजाए तबाही मचा रहे उस दे वख वख रूपां ते किते ज़्यादा है। डंडी साल 2002-03 च दस्तक देन वाली सारस महामारी तो बाद आलमी सेहत संगठन WHO ने मैंबर देशों लई इंटरनेशनल हेल्थ रेगुलेशन दे ना नाल एक नियमावली जारी कीती सी। डंडी इस दे अनुच्छेद 6 च चीन समेत हरेक मैंबर देश लई ये तजवीज़ है कि किसी देश नूं अपने खेत्र च आलमी जोखम वधाउण वाली सेहत समस्या नूं लै के सूचनावां एकत्र करके WHO नूं 24 घंटियां दे अंदर सूचित करना होवेगा। डंडी फिर भी चीन ने इस नियम की उलंघना की। डंडी WHO दे एक आलमी पैनल ने एक हालिया रिपोर्ट च यह स्वीकार किया है कि उस नूं वुहान च COVID-19 बारे पहली वार सूचना ताइवान च छपी खबर ते एक ऑटोमेटेड अलर्ट सिस्टम तो मिली जिस ने एक अजीबो गरीब न्यूमोनिया बारे दस्या सी। डंडी एक होर पहलू ने कोरोना दी उत्पत्ति ते पर्दा पाउण दियां चीनी कोशिशां च मदद कीती। डंडी श्री गुरु अर्जन देव जी दा जन्म 15 अप्रैल 1563 ईस्वी नूं माता भानी जी दी कुखों होया। डंडी ओ चौथे गुरु श्री गुरु रामदास जी दे तीजे साहिबजादे सन। डंडी तिन्ना पुत्रां चों पिरथी चंद शातर दिमाग सी। डंडी महादेव वैरागी सुभा दे सन। डंडी इस प्रकार चौथे पातशाह ने अपनी गद्दी दा वारिस गुरु अर्जन देव जी नूं थापिया। डंडी गुरु जी अपने पिता नाल काम काज विच पूरा हाथ वटाउंदे अते सरोवर दी शुरू कीती होई सेवा आप जी दी देख रेख हेठ नेपरे चढ़ी। डंडी श्री गुरु अर्जन देव जी ने सारी जायदाद भरावां नूं वंड दित्ती अते आप गुरु नगरी अमृतसर आ के रहन लग पए। डंडी लंगर दा खर्चा संगत द्वारा चढ़ाई जांदी माया नाल चलन लगा। डंडी जेड़ी संगत गुरु जी दे दर्शन करन आउंदी पिरथी चंद उन्हां नाल दुर व्यवहार करदा। डंडी एक दिन भाई गुरदास जी
आगरे धर्म प्रचार कर रहे सन जदों गुरु अर्जन देव जी दे दर्शन करन आए तो हालत खराब वेख के उत्थे ही रहन लग पए। डेंडी सिक्खी दा बूटा चुफेरे फैल चुका सी। डेंडी देश दे कोने कोने विच सिख वसे हुए सन। डेंडी गुरु जी ने उन्हां नूं हुक्म कीता कि वो दसवंध काढ के प्रमाणित मसंदा राही गुरु घर भेजिया करन अते वह मसंद हरेक विसाखी ते हाज़र हो के गुरु सामने पैसा हाज़र करेगा। डेंडी इस प्रकार पिरथी चंद दा संगत नूं तंग करना थोड़ा घटिया पर गुरु जी नाल उस दी रंजिश होर वध गई। डेंडी 1599 विच गुरु जी ने साईं मियां मीर पासों हरिमंदर साहिब दी नींह रखवाई जिस दे चार दरवाजे हन जो हर मज़हब हर जात लई खुले हन। डेंडी किसे नाल कोई वितकरा नहीं कीता जांदा। डेंडी गुरु अर्जन देव जी ने सखी सरवर दे वाद रहे प्रभाव नूं ढल ठल पाउण दा यतन कीता। डेंडी समाज सुधार वजों उन्हां ने बाहड़वाल ते चौधरी हेमा दा एक विधवा नाल व्याह कीता। डेंडी सन 1590 च तरन तारण अते 1594 च करतारपुर शहर वसाया। डेंडी श्री गुरु अर्जन देव जी दा व्याह सम्मत 1646 बिक्रमी नूं साहिब फिलौर कोल दे किशन चंद दी बेटी गंगा देई नाल होया। डेंडी माता गंगा देई दी कुखों छेवें पातशाह श्री गुरु हरगोबिंद साहिब जी दा जन्म होया। डेंडी पिरथी चंद ने बाल हरगोबिंद नूं मुकाउण लई अड्डी चोटी दा जोर लाया तां कि गद्दी दा मालक वो आप बने पर असफल रहा। डेंडी लोक सभा दी एस्टीमेट कमेटी ने अपनी 15वीं रिपोर्ट विच लिखिया है कि साबका फौजियां दी आबादकारी संबंधी तसली बख्श नतीजे ना निकलण दे पिछे एक वड्डा कारण यह है कि इस बारे कोई समुची कौमी नीति अजे तक नहीं बनाई गई। डेंडी मिसाल वजों व्योतबंदी दे काम विच कोई तालमेल ना होण करके लोड़ींदी सूचना प्राप्त नहीं हो रही। डेंडी सुरक्षा विभाग दे सकत्तर ने एस्टीमेट कमेटी दे सामने ये गल साफ तौर ते मन्नी है कि उन्हां दे विभाग नूं इस बारे कोई सही जानकारी नहीं है कि देश दे अंदर साबका फौजियां दी गिणती किन्नी है। डेंडी एक पासे डायरेक्टर जनरल आबादकारी इस आधार उत्ते काम करदे हन कि साबका फौजियां विच्चों केवल 35% जां तां अपने आप रुजगार लब लैंदे हन जां सिक्ख्यक कम्मां लई अग्गे आउंदे हन। डेंडी सकत्तर सिक्ख्या विभाग ने ये गल भी मन्नी है कि अजिहे फौजियां दी गिणती 90% हो सकती है। डेंडी जो अदारे आबादकारी दे प्रोग्राम नूं चलाउंदे हन उन्हां नूं ये पता नहीं कि साबका फौजियां दी गिणती किन्नी है आते वो की काम करना
चाहते हैं। डेंडी इस दे नाल ही ये भी कोई हैरान करन वाली गल नहीं कि जदों थोड़ा चिर होया अंदाजा किया गया सी तां सारे देश विच रुजगार दफ्तरां दे रजिस्टरां विच दर्ज साबका फौजियां दी गिणती 1,60,000 सी। डेंडी इस तों इलावा एसटीमेट कमेटी ये अनुभव करती है कि बहुत सारे साबका फौजी जां तां थोड़े समय लई काम करदे हन जां गैर तसल्ली बख्श कम्मां उत्ते लगे हुए हन। डेंडी पैरा साबका फौजी एक अनुशासित मनुखी शक्ति दा ही एक बहुत वड्डा भंडार हन। डेंडी उन्हां विच्चों बहुत सारिआं नूं अपनी जवानी विच भावें 32 साल दी उम्र विच ही सेवा मुक्त कर दित्ता जांदा है। डेंडी उन्हां विच्चों क्यों जो कोई ना कोई काम सिखे हुंदे हन। डेंडी इन्हां सिखियत कम्मां विच्चों इंजीनियरिंग जहाजरानी हवाबाजी समुंदरी काम काज दा तजर्बा खुराक दी वंड खेतीबाड़ी दा प्रबंध पशु पालन ते होर प्रबंधक काम ते हिसाब किताब रखण दा काम भी जानदे हन। डेंडी फौजी सेवा विच्चों रिटायर किते जाण वाले फौजियां दा थोड़ा जिहा हिस्सा सिखिक योग्यता रखदा है जदके बाकी दे साबका फौजियां नूं भी थोड़ा जिहा यतन करके नागरिक जीवन विच जज़ब कीता जा सकदा है। डेंडी एस्टीमेट कमेटी ने पता लगाया है कि फौजियां नूं रिटायर होण तों पहलां विशेष कित्यां दी सिक्ख्या देण दा प्रबंध बहुत ही थोड़ा है। डेंडी हर साल जो 70,000 फौजी रिटायर किए जाते हैं उन्हां विच्चों केवल 5.5% लोगों नूं सिविल कित्यां दी सिक्ख्या दित्ती जाती है। डेंडी अजोके समय असीं अपने बहुत ही प्यारे रिश्तियां नूं निक्की निक्की गल ते तोड़ दिंदे हाँ। डेंडी कई बार तां इंज हुंदा है कि असीं दूसरे व्यक्ति नूं समझण दी बिल्कुल भी कोशिश नहीं करदे। डेंडी उस नूं समझण दी बजाए उस दी निंदा होरां कोल करदे रहिंदे हाँ। डेंडी ज़्यादा समस्या उस समय पैदा हुंदी है जदों असीं अजिहे व्यक्ति दी सलाह मन लैंदे हाँ जिस नूं रिश्तियां दी महत्ता बारे भोरा भी जानकारी नहीं हुंदी। डेंडी कुछ रिश्तियां विच तां सिर्फ माफ़ी मंगण नाल ही सब सही हो जांदा है पर अफसोस दी गल है कि कुछ लोग अज दे समें च माफ़ी मंगना अपनी शान दे खिलाफ समझदे हन। डेंडी मेरे मुताबक लोगों नूं ये गल समझनी चाहिदी है कि जे तुसीं अपने रिश्ते नूं सिर्फ एक माफ़ी मंगण नाल बचा सकदे हो तां माफ़ी मंगण च कोई हर्ज नहीं। डेंडी पैरा बच्चियां दा मार्गदर्शन 12 जून दे निक्की दुनिया अंक च वख वख खेत्रां च नामना खट्टण वाले 10 बच्चियां बारे लेख जानकारी भरपूर होण दे नाल नाल प्रेरणादायक भी सी। डेंडी होरना बच्चियां नूं भी इस तों जिंदगी च अगे वधण लई प्रेरणा मिलेगी। डेंडी
ਅਜਿਹੇ ਪ੍ਰੇਰਨਾ ਸਰੋਤ ਬੱਚਿਆਂ ਬਾਰੇ ਲੇਖਕ ਲਾਉਂਦੇ ਰਿਹਾ ਕਰੋ। ਡੰਡੀ ਨਾਲ ਹੀ 10 ਸਾਲਾਂ ਦਾ ਸਫ਼ਰ ਮੁਕੰਮਲ ਕਰਨ 'ਤੇ ਪੰਜਾਬੀ ਜਾਗਰਣ ਨੂੰ ਬਹੁਤ ਬਹੁਤ ਮੁਬਾਰਕਾਂ। ਡੰਡੀ ਹਰ ਵਰਗ ਦੇ ਨਾਲ ਨਾਲ ਇਹ ਅਖ਼ਬਾਰ ਬੱਚਿਆਂ 'ਚ ਵੀ ਹਰਮਨ ਪਿਆਰਾ ਹੈ। ਡੰਡੀ ਇਸ ਵਿਚਲੀਆਂ ਰਚਨਾਵਾਂ ਬੱਚਿਆਂ ਦਾ ਬਹੁਤ ਵਧੀਆ ਤਰੀਕੇ ਨਾਲ ਮਾਰਗ ਦਰਸ਼ਨ ਕਰਦੀਆਂ ਹਨ। ਡੰਡੀ ਜੋਸ਼ ਨਾਲ ਹੋਸ਼ ਜ਼ਰੂਰੀ ਪਿਛਲੇ ਦਿਨੀ ਕੋਲਕਾਤਾ 'ਚ ਪੰਜਾਬ ਦੇ 2 ਨੌਜਵਾਨਾਂ ਦੇ ਮਾਰੇ ਜਾਣ ਦੀ ਖਬਰ ਪੜ੍ਹ ਕੇ ਦਿਲ 'ਚ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਹੋਏ। ਡੰਡੀ ਪੁਲਿਸ ਚਾਹੁੰਦੀ ਤਾਂ ਦੋਵਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਸੀ। ਡੰਡੀ ਦੋਵਾਂ ਨੂੰ ਜਾਨੋਂ ਮਾਰ ਦੇਣ ਦੇ ਫੈਸਲੇ ਨੂੰ ਸਹੀ ਨਹੀਂ ਠਹਿਰਾਇਆ ਜਾ ਸਕਦਾ। ਡੰਡੀ ਇਹ ਵੀ ਦੁੱਖ ਦੀ ਗੱਲ ਹੈ ਕਿ ਕਦੇ ਖੇਡਾਂ 'ਚ ਨਾਮਣਾ ਖੱਟਣ ਵਾਲੇ ਨੌਜਵਾਨ ਗਲਤ ਰਸਤੇ ਪੈ ਕੇ ਆਪਣੀ ਜ਼ਿੰਦਗੀ ਨੂੰ ਭੰਗ ਦੇ ਪਹਾੜੇ ਗੁਆ ਰਹੇ ਹਨ। ਡੈਂਡੀ ਅਪਰਾਧ ਦੀ ਦੁਨੀਆ 'ਚ ਪੰਜਾਬ ਦੇ ਨੌਜਵਾਨਾਂ ਦਾ ਦਾਖਲ ਹੋਣਾ ਸ਼ੁਭ ਸੰਕੇਤ ਨਹੀਂ। ਡੈਂਡੀ ਪੰਜਾਬ 'ਚ ਤਾਂ ਨੌਜਵਾਨ ਪਹਿਲਾਂ ਹੀ ਬਹੁਤ ਘੱਟ ਹਨ ਕਿਉਂਕਿ ਬਹੁਤੇ ਤਾਂ ਵਿਦੇਸ਼ ਨੂੰ ਉਡਾਰੀ ਮਾਰ ਚੁੱਕੇ ਹਨ। ਡੰਡੀ 1-2 ਨੌਜਵਾਨਾਂ ਨੂੰ ਇਸ ਤਰ੍ਹਾਂ ਮਾਰ ਦੇਣ ਨਾਲ ਪੰਜਾਬ 'ਚ ਗੈਂਗਸਟਰ ਖਤਮ ਨਹੀਂ ਕੀਤੇ ਜਾ ਸਕਦੇ, ਸਗੋਂ ਅਜਿਹੇ ਕਾਰਨ ਤਲਾਸ਼ਣੇ ਚਾਹੀਦੇ ਹਨ ਜਿਨ੍ਹਾਂ ਕਾਰਨ ਨੌਜਵਾਨ ਸਹੀ ਰਾਹ ਦੀ ਬਜਾਏ ਗਲਤ ਰਸਤਾ ਚੁਣ ਕੇ ਆਪਣੀ ਜਾਨ ਅਜਾਈਂ ਗੁਆ ਰਹੇ ਹਨ। ਡੰਡੀ।